ਇਹਦੇ ਉੱਤੇ ਕਿਤਨੀ ਮਿਹਨਤ ਹੁੰਦੀ ਹੈ ਦੋਸਤੋ। ਮੈਂ ਇੱਕ ਕਿਸ਼ਤੀ ਦਾ ਇੱਕ ਮੁਖਤਲਿਫ ਹਿੱਸਾ ਦਿਖਾਉਣਾ ਚਾਹੁੰਦਾ ਕਿਉਂਕਿ ਮੁਕੰਮਲ ਅਗਰ ਮੈਂ ਕਿਸ਼ਤੀ ਦੀ ਵੀਡੀਓ ਬਣਾਵਾਂ ਤਾਂ ਕਈ ਘੰਟੇ ਲੱਗ ਸਕਣ। ਮੈਂ ਇਹਦੇ ਥੋੜ੍ਹੇ ਥੋੜ੍ਹੇ ਪਾਰਟ ਦੀ ਵੀਡੀਓ ਬਣਾ ਕੇ ਅਪਲੋਡ ਕਰਾਂ। ਦੋਸਤੋ ਗੁਜ਼ਾਰਿਸ਼ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਔਰ ਘੰਟੀ ਦੇ ਲਾਜ਼ਮੀ ਅੰਗੂਠਾ ਮਰਾਈ ਕਿਉਂਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਕੋਲ ਪਹਿਲੇ ਜ਼ਬਤ ਹੀ ਰਹੇ। ਦੋਸਤੋ ਹੁਣ ਕਹਿਣਾ ਪੈਣਾ ਕੰਮ ਸ਼ੁਰੂ, ਇਨਸ਼ਾਅੱਲਾ ਕੰਮ ਦਿਖਾਏ ਕਿਵੇਂ ਤੀਨਾ ਕੰਮ ਬਹੁਤ ਮਿਹਨਤੀ ਕੰਮ ਹੈ, ਬਹੁਤ ਵਧਣ ਵਾਲਾ ਕੰਮ। ਦੋਸਤੋ ਅਗਰ ਮੇਰੀ ਵੀਡੀਓ ਅੱਛੀ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਔਰ ਘੰਟੀ ਦਾ ਲਾਜ਼ਮੀ ਦਿਖਾਓ। ਬਹੁਤ ਜ਼ਿਆਦਾ ਗਰਮੀ ਤਿੰਨੀ ਹੈ ਕਿਉਂਕਿ ਸਾਡਾ ਕੰਮ ਜਿਹੜਾ ਨਾ ਇਹ ਦੁੱਧ ਦੇ ਕਿਸ਼ਤਾਂ ਬਣਾਉਣ ਦਾ ਚਾਂ ਚਾਂ ਕੋਈ ਨਹੀਂ, ਗਰਮੀ ਹੈ ਕਿਆ ਕਰੋ, ਮਜਬੂਰੀ ਕਰਨਾ ਪੈਣਾ। ਇਹ ਲੱਕੜ ਕੋਲ ਕੱਟ ਗਈ ਜੇ ਕੱਟ ਕੇ ਇੱਕ ਰੁਕ ਸੁਣ ਉੱਥੇ ਫਿਰ ਪ੍ਰੈਸ ਨਿਕਲਿਆ ਸੁੱਕ ਲਾ। ਹਾਂ ਦੋਸਤੋ ਹੁਣ ਇੱਕ ਉੱਥੇ ਰੱਖ ਦਿੱਤੇ ਕਲਮ ਮਸਤ ਜਾਣ ਦੋਸਤੋ, ਯਕੀਨ ਜਾਣ ਦੋਸਤੋ ਕਿਉਂਕਿ ਸਕੂਲ ਪੜ੍ਹਨੇ ਦੋਸਤੋ ਵੀ ਫੋਨ ਕਰਨੇ ਪਏ ਕਲਮ ਨਿਕਲੇ ਤੋਂ ਫਿਰ ਇੱਕ ਬਿਲਕੁਲ ਕਲਮ ਵੱਧ ਕੇ ਇੱਕੋ ਜਿਹਾ ਫਿਟਿੰਗ ਰੱਖਸੂ ਕਿਉਂਕਿ ਫਿਟਿੰਗ 'ਤੇ ਆਵੇ। ਅਸੀਂ ਦੇਖ ਕਿਨੋ ਇਹ ਸਾਡੀ ਕਲਮ ਮਸ ਲੱਕੜ 'ਤੇ ਲੈਣੇ ਪਏ ਨਿਸ਼ਾਨ ਲੈ ਸੂ ਬਿਲਕੁਲ ਇੱਕ ਕਰਨਾ ਫਿਟ ਲੱਕੜ ਕਰਨਾ ਜਾਮ। ਕਲਮ ਲੱਗ ਗਈ ਹੈ ਹੁਣ ਇੱਕ ਚਾਹ ਕੇ ਗਿਣਵੇ ਤਾਂ ਕਹਿ ਸੋ ਪਹਿਲੇ ਨਿਸ਼ਾਨ ਕੋ ਬਿਲਕੁਲ ਕਲੀਅਰ ਬੁਲਾ ਲੈ ਸੋ ਇਹ ਕੋ ਕਟੈ ਸੋ ਕਟਰ ਮਸ਼ੀਨ ਨਾਲ ਨਿਸ਼ਾਨ ਕੋ ਬਿਲਕੁਲ ਸਾਫ਼ ਸਾਫ਼ ਬੁਲਾ ਲੈਣੇ ਪਾਏ ਹੈ। ਇਹ ਲਾਉਣ ਤੇ ਕਟਰ ਇੰਦੋ ਤੇ ਚਲਾਉਣੇ ਪਏ ਕਟਰ ਮਸ਼ੀਨ ਨੂੰ ਕਟਾਈ ਕਰਕੇ ਇਹ ਕਟਰ ਬੁਲਾ ਲਈ ਇਹ ਹੁਣ ਦੂਜੀ ਸਾਈਡ 'ਤੇ ਨਿਸ਼ਾਨ ਹੈ ਉਹ ਸਾਈਡ 'ਤੇ ਵੀ ਕਟਾਈ ਕਰਕੇ ਬੁਲਾ ਕਰੇ ਇੱਕ ਕਟਾਈ ਹੋ ਲੈਣਾ। ਇਹ ਸਿੱਧੇ ਕੋਲ ਇੱਕ ਕਰਨੇ ਪੈਣ ਵਾਲੇ ਨਾਲ ਕਢਾਈ ਇੱਕ ਬਿਲਕੁਲ ਸਿੱਧੀ ਕਢਾਈ ਕਰਕੇ ਬਿਲਕੁਲ ਇੱਕ ਕਰਨਾ ਫਿੱਟ। ਦੋਸਤੋ ਇੱਕ ਕਿੱਕਰ ਦੀ ਲੱਕੜੀ ਹੈ ਬਹੁਤ ਜ਼ਿਆਦਾ ਹਾਰਡ ਸਖਤ ਹੁੰਦੀ ਹੈ ਕਿੱਕਰ ਦੀ ਲੱਕੜੀ, ਗਰਮੀ ਵੀ ਬਹੁਤ ਜ਼ਿਆਦਾ ਹੈ, ਕੱਕਰੂ ਮਜਬੂਰੀ ਹੈ, ਗਰਮੀ ਦਾ ਕੰਮ ਕਰਨਾ ਪੈਂਦਾ ਹੈ ਪੂਰਾ ਸਾਰਾ ਜਿਸਮ ਧਿਆਨ ਹੈ। ਇਹ ਤਾਂ ਸਾਈਂ ਕਸ਼ਤੀ ਦਾ ਬਿਲਕੁਲ ਥੋੜ੍ਹਾ ਜਿਹਾ ਹਿੱਸਾ ਹੈ, ਅਗਰ ਮੁਕੰਮਲ ਵੀਡੀਓ ਬਣਾਉਣਾ ਕਈ ਮਹੀਨੇ ਲੱਗ ਪੈਸੇ ਨੇ ਇਨਸ਼ਾਅੱਲਾ, ਹਰ ਵੀਡੀਓ 'ਤੇ ਹੁਣ ਕਸ਼ਤੀ ਦਾ ਹੀ ਕਿ ਪਾਰਟ ਲਾਜ਼ਮੀ ਬਣਾ ਕੇ ਅਪਲੋਡ ਕਰਾਂ। ਦੋਸਤੋ ਮੈਨੂੰ ਤਾਮਨ ਕਰੋ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਅਸੀਂ ਦੇਖੀ ਨੂੰ ਕਢਾਈ ਤੀ ਕਿ ਬਿਲਕੁਲ ਮੁਕੰਮਲ ਇੱਕ ਬਿਲਕੁਲ ਮੁਕੰਮਲ ਕਰਕੇ ਇੱਕ ਖੇਨਵਾ ਸੋਤਾਂ ਆਪਣੀ ਜਾਤ ਜਿੱਦਾਂ ਕਲਮ ਲਈ ਅਸੀਂ ਇੱਕ ਰੇ ਸੋਂ ਕਰਨੇ ਪਾਏ ਫਿੱਟ ਹਾਣੇ ਕੁਛ ਆਖ ਦੇ ਕਹਿੰਦੇ ਪਾਏ ਬਿਲਕੁਲ ਇਨਸ਼ਾਅੱਲਾ ਫਿੱਟ ਸੀ। ਇਹ ਕੁਛ ਸਾਈਂ ਰੱਖਦੇ ਪਾਏ ਆਪਣੀ ਜਾਤ ਇਹ ਬਿਲਕੁਲ ਇੱਕ ਫਿੱਟ ਕਰਨਾ ਜਾਮ ਕਰਨਾ ਬਿਲਕੁਲ ਜਾਮ ਕਰਕੇ ਫਿੱਟ ਕਰਨਾ ਇਨਸ਼ਾਅੱਲਾ ਫਿੱਟ ਹੋ ਸੀ। ਹਾਂ ਆਪਣੀ ਜਾਤ ਅੱਜ ਹਾਂ ਫਿੱਟ ਆ ਗਈ ਬਿਲਕੁਲ ਫਿੱਟ ਦੇਖੋ ਧਿਆਨ ਨਾਲ ਜਾਮ ਕਰਨਾ ਇੱਕ ਲੱਗਣ ਕੁੰਡੇ ਬਹੁਤ ਵੱਡੇ ਕਿ ਲੱਗਣ 6-7 ਦਿਨ ਦੇ ਕਿਉਂਕਿ ਮਜ਼ਬੂਤੀ ਹੁੰਦੀ ਹੈ ਕਿਲਾਂ 'ਚ ਇਹ ਕਰੇ ਦੋ ਫਿੱਟ। ਦੋਸਤੋ ਦੇਖ ਗਿਨੋ ਇਹ ਬਿਲਕੁਲ ਠੀਕ ਹੈ ਫਿੱਟ ਫੱਟਿਆਂ ਦੇ ਨਾਲ ਬਿਲਕੁਲ ਜਾਮ ਹੈ ਇਨਸ਼ਾਅੱਲਾ ਅਗਲੀ ਵੀਡੀਓ ਜਿਹੜੀ ਬਣੇ ਸੋ ਇਹਨਾਂ ਦੀ ਕੀਲ ਕੁੰਡਿਆਂ ਦੀ ਵੀ ਕੀਲ ਕਿਵੇਂ ਬਣੀ ਨੇ ਬਹੁਤ ਗਰਮੀ ਹੈ ਬੱਤਲ ਬਣਾ ਵਾ ਲੇਕਿਨ ਹਬਸ ਦੀ ਬਣੀ ਕੜੀ ਹੈ ਕਿਆ ਕਰੋ ਮਜਬੂਰੀ ਹੈ ਥੋੜ੍ਹੀ ਥੋੜ੍ਹੀ ਨਿਕਲੀ ਕੜੀ ਹਬਸ ਬਣੀ ਕੜੀ। ਦੋਸਤੋ ਦੇਖ ਗਿਨੋ ਹੁਣ ਚਲਾਉਣਾ ਰਹਿੰਦਾ ਰਹਿੰਦਾ ਮਸ਼ੀਨ ਤੋਂ ਚਲਾਏ ਤੇ ਇੱਕ ਲੈਣੇ ਪਾਇਆ ਰਹਿੰਦਾ ਕਸ਼ਤੀ ਦਾ ਕੁਛ ਸਹੀ ਇਨਸ਼ਾਅੱਲਾ ਪੂਰੀ ਮੁਕੰਮਲ ਕਸ਼ਤੀ ਦੀ ਥੋੜ੍ਹੀ ਥੋੜ੍ਹੀ ਕਰਕੇ ਹਰ ਬਾਅਦ ਮੈਂ ਸਮਝਿਆ ਬਾਅਦ ਨਾਲ
ਅੱਛਾ ਬਹੁਤ ਬੁਰਾ ਦੋਸਤ ਮੇਰੇ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ, ਕਮੈਂਟ ਕਰੋ। ਲੇਕਿਨ ਦੋਸਤੋ ਇਹ ਬਿਲਕੁਲ ਠੀਕ ਹੈ ਬਰਾਬਰ, ਲੇਕਿਨ ਬਿਲਕੁਲ ਦੋਸਤੋ ਅਗਰ ਮੇਰੀ ਵੀਡੀਓ ਅੱਛੀ ਲੱਗੀ ਤਾਂ ਮੇਰੇ ਚੈਨਲ ਕੋ ਜ਼ਰੂਰ ਸਬਸਕ੍ਰਾਈਬ ਕਰੋ, ਮੇਰੇ ਨਾਲ ਕਮੈਂਟ ਕਰੋ। ਇਨਸ਼ਾਅੱਲਾ ਮਿਲ ਸਮਗਲੀ ਵੀਡੀਓ 'ਤੇ। ਅੱਲਾ ਹਾਫਿਜ਼।